ਕਰਮਜੀਤ ਸਿੰਘ ਓਚਲਾ ਦੀ ਕਹਾਣੀ ਦੇ ਦਾ ਥਪੜਾ ਸਾਰੇ ਪਿੰਡੂਆਂ ਨੂੰ ਤੇ ਜੱਟਾਂ ਨੂੰ ਖਾਸ ਕਰਕੇ ਆਪਣੇ ਜੱਠੇਰਿਆਂ ਤੇ ਬਜ਼ੁਰਗਾਂ ਦੇ ਬਹਾਦਰੀ ਦੇ किस्से ਦੁਹਰਾਣ ਦਾ ਬਹੁਤ ਸ਼ੌਕ ਹੁੰਦਾ ਹੈ ਇਸ ਮਸਲੇ 'ਚ ਸਾਡਾ ਟਬਰ ਸ਼ਾਇਦ ਦੂਜਿਆਂ ਨਾਲੋਂ ਦੋ ਪੈਰ ਅੱਗੇ ਹੀ ਸੀ ਸਾਡਾ ਸਾਰਾ ਪਿੰਡ ਇੱਕ ਹੀ ਗੋਦ ਦਾ ਸੀ ਕੋਈ ਚਾਰਕ ਸਦੀਆਂ ਪਹਿਲਾਂ ਭੀਲੋ ਨਾਂ ਦੇ ਇੱਕ ਬਜ਼ੁਰਗ ਦਾ ਵਸਾਇਆ ਹੋਇਆ ਸੀ ਇਸ ਬਜ਼ੁਰਗ ਬਾਬਾ ਭੀਲੋ ਦੇ ਨਾਂ ਤੇ ਪਿੰਡ ਦਾ ਨਾਂ ਭੀਲੋ ਜਲਾ ਪੈ ਗਿਆ ਕਿਉਂਕਿ ਭਿੱਲੋ ਦਾ ਗੋਤ ਔਜਲਾ ਸੀ ਭਿੱਲੋ ਔਜਲਾ ਵਿਗੜ ਕੇ ਹੀ ਸਾਡੇ ਪਿੰਡ ਦਾ ਅਜੋਕਾ ਨਾਮ ਭਲੋਜਲਾ ਬਣਿਆ ਸੀ ਅਸੀਂ ਜਦੋਂ ਕਦੇ ਵੀ ਆਪਣੇ ਵੱਡਿਆਂ ਕੋਲੋਂ ਪਿੰਡ ਦੇ ਕਿਸੇ ਖਾਸ ਕਾਰਨਾਮੇ ਬਾਰੇ ਪੁੱਛਣਾ ਤਾਂ ਇੱਕ ਮੰਗਣ ਤੇ ਸਾਨੂੰ ਵੀ ਮਿਲੇ ਬਹਾਦਰੀ ਦੇ ਕਾਰਨਾਮੇ ਸਿਰਫ ਜੱਟਾਂ ਤੇ ਔਜਲੀਆਂ ਤੱਕ ਹੀ ਸੀਮਤ ਨਹੀਂ ਸੀ ਸਗੋਂ ਮੁਸਲਮਾਨ ਰਾਈਆਂ ਬਹਾਮਣਾ ਮਜਬੀਆਂ ਨਾਈਆਂ ਦੇ ਨਾਲ ਵੀ ਸੰਬੰਧਿਤ ਸੀ ਪੂਰੇ ਸਨਮਾਨ ਤੇ ਫਖਰ ਨਾਲ ਦੱਸੇ ਜਾਂਦੇ ਸੀ ਮਿਸਾਲ ਵਜੋਂ ਇੱਕ ਮਜਬੀ ਦਾ ਮੱਝ ਚੁੱਕ ਕੋਠੇ ਤੇ ਚੜਨਾ ਇੱਕ ਨਾਈ ਨੂੰ ਜਦੋਂ ਦਰਿਆ ਵਿਚਲੇ ਪਾਣੀ ਚ ਖੜਾ ਆਪਣੇ ਮੂੰਹ ਤੇ ਛਿੱਟੇ ਮਾਰ ਰਿਹਾ ਸੀ ਤਾਂ ਇੱਕ ਸੰਸਾਰ ਨੇ ਨਿਗਲ ਲਿਆ ਨਾਈ ਨੇ ਸੰਸਾਰ ਦੇ ਢਿੱਡ ਚ ਪਏ ਨਹੀਂ ਆਪਣੀ ਜੇਬ ਚੋਂ ਨੋਕ ਕੱਟਣ ਵਾਲਾ ਨੇਰਨਾ ਕੱਢਿਆ ਤੇ ਸੰਸਾਰ ਦਾ ਢਿੱਡ ਪਾੜ ਕੇ ਬਾਹਰ ਆ ਗਿਆ ਮੀਤੇ ਬਾਂਮਣ ਦੀ ਹੱਟੀ ਤੇ ਇੱਕ ਵਾਰ ਇੱਕ ਭੂਤ ਬੰਦੇ ਦਾ ਰੂਪ ਬਣਾ ਕੇ ਸੌਦਾ ਲੈਣ ਆ ਗਿਆ ਮੀਤੇ ਬਾਂਮਣ ਨੇ ਜਦੋਂ ਵੇਖਿਆ ਉਹ ਤਾਂ ਅੱਖਾਂ ਹੀ ਨਹੀਂ ਝਮਕਦਾ ਤਾਂ ਉਹਨੂੰ ਉਹਦੇ ਭੂਤ ਹੋਣ ਦਾ ਯਕੀਨ ਆ ਗਿਆ ਮੀਤੇ ਬ੍ਹਾਮਣ ਨੇ ਉਸ ਭੂਤ ਨੂੰ ਵਾਲਾਂ ਤੋਂ ਫੜ ਲਿਆ ਤੇ ਜਿਸ ਨਾਲ ਉਹ ਭੂਤ ਮੀਤੇ ਦੇ ਅਧੀਨ ਹੋ ਗਿਆ। ਇਹਦੇ ਜਰੀਏ ਉਸ ਬ੍ਹਾਮਣ ਨੇ ਕਈ ਜਨਾਨੀਆਂ ਦੀ ਛਾਇਆ ਤੇ ਉਪਰੀਆਂ ਰੂਹਾਂ ਤੋਂ ਖੁਲਾਸੀ ਕੀਤੀ। ਉੱਪਰਲੇ ਕਾਰਨਾਮੇ ਪਿੰਡ ਦੇ ਹਰ ਵਾਸੀ ਨੂੰ ਸਦਾ ਯਾਦ ਰਹਿੰਦੇ ਤੇ ਪਿੰਡ ਦੇ ਇਸ ਸਾਂਝੇ ਤੇ ਸੈਕੂਲਰ ਵਿਰਸੇ ਦੇ ਹਰ ਇੱਕ ਨੂੰ ਫਖਰ ਸੀ। ਦਲੀਲ ਤੇ ਵਿਵੇਕ ਦੀ ਪਰਵਾਹ ਕੀਤੇ ਬਗੈਰ ਪਿੰਡ ਦਾ ਹਰ ਇੱਕ ਵਸਨੀਕ ਇਹਨਾਂ ਕਿਸਿਆਂ ਦੀ ਸੱਚਾਈ ਸਾਬਤ ਕਰਨ ਲਈ ਕੋਈ ਵੀ ਸੌਂਖ ਖਾਣ ਲਈ ਤਿਆਰ ਰਹਿੰਦਾ ਸੀ। ਮੈਂ ਉਪਰੋਕਤ ਕਿਸਿਆਂ ਦੀ ਸੱਚਾਈ ਤੇ ਸਦਾ ਹੀ ਸ਼ੱਕ ਕੀਤਾ ਮੇਰੀ ਸੋਚ ਇਹ ਸਭ ਕੁਝ ਮੰਨਣ ਤੋਂ ਸਦਾ ਹੀ ਇਨਕਾਰੀ ਰਹੀ ਸੀ ਮੈਂ ਬਜ਼ੁਰਗਾਂ ਦੇ ਵਿਸ਼ਵਾਸ ਨੂੰ ਠੇਸ ਲਾਉਣ ਦੀ ਭਾਵਨਾ ਨਾ ਹੁੰਦਿਆਂ ਹੋਇਆਂ ਵੀ ਆਪਣੇ ਸ਼ੱਕ ਦਾ ਇਸ ਹਾਰ ਖੁੱਲੇ ਆਮ ਕਰਦਾ ਰਿਹਾ ਹਰ ਬੁੱਢੇ ਦੀ ਨਾਰਾਜ਼ਗੀ ਦੇ ਨਾਲ ਮੈਨੂੰ ਇਹ ਸੁਣਨ ਨੂੰ ਮਿਲਦਾ ਕਿ ਪੜ੍ਹ ਲਿਖ ਕੇ ਤੇਰਾ ਦਿਮਾਗ ਫਿਰ ਗਿਆ ਵਾ ਇਹ ਸਭ ਕਿਸੇ ਮੇਰੇ ਲਈ ਯਕੀਨ ਤੋਂ ਦੂਰ ਦੀਆਂ ਚੀਜ਼ਾਂ ਸਨ ਪਰ ਇੱਕ ਅਚੰਭਾ ਜੇ ਤੱਕ ਮੈਂ ਥੋ ਜਵਾਬ ਮੰਗਦਾ ਰਿਹਾ ਮੇਰੀ ਦਲੀਲ ਇਹਨੂੰ ਛੁੱਟ ਲਾਉਣਾ ਸਮਰਥ ਹੀ ਰਹੀ ਪਰ ਅੜੀਅਲ ਮਾਨ ਨੇ ਯਕੀਨ ਵੀ ਨਹੀਂ ਕੀਤਾ ਸਾਡੀ ਵੀ ਹੀ ਦਰਿਆਲੇ ਪਾਸੇ ਖੁੱਲ੍ਹਦੀ ਸੀ ਤੇ ਦਰਿਆ ਸਾਡੀ 20 ਦੇ ਬਾਹਰਲੇ ਦਰਵਾਜ਼ੇ ਤੋਂ ਮਸਾ 2.5 ਕੁ 100 ਗਜ਼ ਸੀ ਇਸ ਫਾਸਲੇ 'ਚ ਖੁੱਲਾ ਮੈਦਾਨ ਸੀ ਪਰ ਸਮਤਲ ਨਹੀਂ ਸੀ ਇੱਥੇ ਇੱਕ ਖਰਾਸ ਖੱਬੇ ਪਾਸੇ ਰੂੜੀਆਂ ਦੇ ਢੇਰ ਦਰਿਆ ਦੇ ਕੰਢੇ ਤੇ ਤੋਂ ਥੋੜਾ ਕੋਰਾ ਇੱਕ ਟਾਲੀ ਦਾ ਪੂਰਾ ਤਣਾ ਲਗਭਗ 30 ਫੁੱਟ ਲੰਮਾ ਤੇ ਬੰਦੇ ਦੀ ਜਫੀ 'ਚ ਮਸਾ ਹੀ ਆਉਣ ਵਾਲੀ ਮੁੱਟਾਈ ਵਾਲਾ ਸੀ ਤੇ ਟਾਲੀ ਦੀ ਇਸ ਵੱਡੀ ਤੇ ਭਾਰੀ ਲੱਕੜ ਦੇ ਇੱਥੇ ਆਉਣ ਬਾਰੇ ਇੱਕ ਬੜੀ ਦਿਲਚਸਪ ਕਹਾਣੀ ਪਰਚਲਤ ਸੀ ਸਾਡੇ ਤੋਂ ਅੱਠਵੀਂ ਪੀੜ੍ਹੀ ਪਹਿਲਾਂ ਸਾਡੇ ਖਾਨਦਾਨ 'ਚ ਦੋ ਮਹਾਬਲੀ ਜੱਸਾ ਤੇ ਮੱਸਾ ਹੋਏ ਦੱਸੇ ਜਾਂਦੇ ਹਨ ਨਵੇਂ ਸਕੇਪਰਾ ਇਲਾਕੇ ਦੇ ਨਾਮੀ ਪਹਿਲਵਾਨ ਸੀ ਇਹਨਾਂ ਦੋਵਾਂ ਸਕੇਪਰਾਵਾਂ ਨਾਲ ਸਿਰਫ ਪਿੰਡ ਦਾ ਇੱਕ ਮੁਸਲਮਾਨ ਰਾਈ ਹੀ ਬਰਾਬਰੀ ਕਰਦਾ ਸੀ ਪਰ ਤਿੰਨਾਂ 'ਚੋਂ ਕੋਈ ਕਦੇ ਕਿਸੇ ਦੇ ਮੋਢੇ ਨਹੀਂ ਸੀ ਲਾ ਸਕਿਆ ਕੋਲਸਾ ਦਾ ਬਰਾਬਰੀ ਚ ਛਡਾਇਆ ਜਾਂਦਾ ਸੀ ਪਰ ਇਹਨਾਂ ਤਿੰਨਾਂ ਪਹਿਲਵਾਨਾਂ ਨੇ ਦੂਰ ਨੇੜੇ ਦੇ ਹਰ ਪਹਿਲਵਾਨ ਨੂੰ ਟਾਇਆ ਸੀ ਦੱਸਿਆ ਜਾਂਦਾ ਜੱਸੇ ਮੱਸੇ ਹੁਣਾਂ ਦੀ ਪੈਲੀ ਦੀ ਵੱਟ ਦੇ ਇੱਕ ਵੱਡੀ ਤੇ ਉੱਚੀ ਟਾਲੀ ਸੀ ਜਿਹੜੀ ਜਿਹਦੀ ਲੱਕੜ ਕਾਲੀ ਹੋ ਚੁੱਕੀ ਸੀ ਸੋਫੇ ਦੀ ਲਟੈਣ ਪਾਉਣ ਲਈ ਬਹੁਤ ਵਧੀਆ ਸੀ ਉਹਨਾਂ ਨਵੇਂ ਸੋਫਾ ਛਤਣਾ ਸੀ ਰੌੜਾਂ ਵਾਲੀ ਛੱਪੜ ਤੋਂ ਭਰਾਈਆਂ ਕੋਲੋਂ ਕੱਚੀਆਂ ਇੱਟਾਂ ਪਵਾ ਲਈਆਂ ਸੀ ਤੇ ਲਟੈਣ ਲਈ ਟਾਲੀ ਵੀ ਵੱਢਤੀ ਸੀ ਟਾਲੀ ਦੇ ਇਸ ਲੰਮੀ ਲੱਕੜ ਨੂੰ ਸੰਤੇ ਤਰਖਾਨ ਨੇ ਖੜਨਾ ਘੜਨਾ ਤੇ ਸਵਾਰਨਾ ਸੀ ਸੁੱਕਣ ਤੋਂ ਪਹਿਲਾਂ ਹੀ چیرਚਰਾਈ ਕਰ ਦਿੱਤੀ ਜਾਣੀ ਸੀ ਕਿਉਂਕਿ ਸੁੱਕੀ ਲੱਕੜ ਦਾ ਵੱਢਣਾ چیرਣਾ ਔਖਾ ਹੋ ਜਾਂਦਾ ਹੈ ਇਹ ਟਾਲੀ ਦੀ ਲੱਕੜ ਕੁਝ ਦਿਨ ਪਹਿਲੀ ਚ ਹੀ ਪਈ ਰਹੀ ਚੁੱਕ ਕੇ ਕਿੱਦਾਂ ਲਿਆਂਦੀ ਜਾਵੇ ਕੋਈ ਵੀ ਉੰਤ ਨਹੀਂ ਬਣ ਰਹੀ ਸੀ ਗੱਡੇ ਤੇ ਲੱਦਣੀ ਸੰਭਵ ਨਹੀਂ ਸੀ ਸੋ ਸਲਾਹ ਬਣਾਈ ਗਈ ਚਾਰ ਜੋਗਾਾਂ ਦੇ ਪਿੱਛੇ ਪਾ ਕੇ ਧੂ ਧੂ ਕੇ ਹੀ ਪਿੰਡ ਤੱਕ ਲਿਆਂਦੀ ਜਾਏ ਇੱਕ ਦਿਨ ਜੱਸਾ ਮੱਸਾ ਕੁਝ ਹੋਰ ਬੰਦੇ ਜੋਗਾਾਂ ਤੇ ਇਹ ਰੱਸਾ ਪੈੜਾ ਲੈ ਕੇ ਟਾਲੀ ਵਾਲੀ ਥਾਂ ਪਹੁੰਚੇ ਉੱਥੇ ਉਹ ਵੱਡੀ ਹੋਈ ਟਾਲੀ ਹੈ ਹੀ ਨਹੀਂ ਸੀ ਸਾਰੇ ਹੈਰਾਨ ਰਹਿ ਕੇ ਟਾਲੀ ਕੌਣ ਚੁੱਕ ਕੇ ਲੈ ਗਿਆ ਕਿਸੇ ਗੱਡੇ ਦੇ ਪਈਆਂ ਜਾਂ ਧੂਏ ਜਾਣ ਦਾ ਨਿਸ਼ਾਨ ਨਹੀਂ ਸੀ ਕਿਸੇ ਦੀ ਕੁਝ ਸਮਝ ਨਾ ਆਇਆ ਸਾਰਿਆਂ ਨੇ ਕੋਈ ਗੈਬੀ ਕੰਮ ਕਿਹਾ ਤੇ ਜੋਗਾ ਤੇ ਰੱਸੇ ਚੁੱਕੀ ਘਰਾਂ ਨੂੰ ਮੋੜਾਏ ਜੱਸੇ ਮੱਸੇ ਦੇ ਸੁਫੇ ਦੀ ਛਤਾਈ ਦਾ ਹੁਣ ਖਟਾਈ ਚ ਹੀ ਪੈ ਗਈ ਸੀ ਕੁਮਾਰਾਂ ਕੋਲੋਂ ਖੋਤਿਆਂ ਤੇ ਕੱਚੀਆਂ ਇੱਟਾਂ ਵੀ ਢਵਾਲੀਆਂ ਸੀ ਜੱਸੇ ਮੱਸੇ ਨੂੰ ਸ਼ਰਮਿੰਦਗੀ ਦਾ ਅਹਿਸਾਸ ਸਦਾ ਰਹੇ ਅਖਰ ਵੱਡੇ ਭਰਾ ਜੱਸੇ ਨੇ ਮੱッセ ਨੂੰ ਕਿਹਾ ਪੱਠਾ ਦੱਥਾ ਤੇ ਵਾਹੀ ਖੇਤੀ ਤੂੰ ਸੰਭਾਲ ਤੇ ਉਹ ਤਾਂ ਟਾਲੀ ਦੀ ਲੱਕੜ ਦਾ ਭੇਦ ਖੋਲ ਕੇ ਸਾ ਲਏਗਾ ਲੋਭ ਹੋ ਗਈ ਲੱਕੜ ਦਾ ਖੁਰਾ ਖੋਜ ਕੱਢਣ ਲਈ ਜੱਸੇ ਨੇ ਸਾਰੀ ਵਾਹ ਲਾਤੀ ਪਰ ਫਾਇਦਾ ਕੁਛ ਨਾ ਹੋਇਆ ਉਹ ਖਿਜਿਆ ਨਿਮੋ ਝੂਣਾ ਥਾਂ ਥਾਂ ਜਾਂਦਾ ਅੰਦਰੇ ਅੰਦਰ ਵਿਸ ਖੋਲਦਾ ਰਹਿੰਦਾ ਉਹਨਾਂ ਵਰਗੇ ਪਹਿਲਵਾਨਾਂ ਦੀ ਕੋਈ ਲੱਕੜ ਲੈ ਜਾਏ ਨਮੋਸ਼ੀ ਦੀ ਗੱਲ ਸੀ ਇੱਕ ਦਿਨ ਜੱਸਾ ਫਿਰਦਾ ਤੁਰਦਾ ਰਾਈ ਪਹਿਲਵਾਨ ਕੋਲ ਗਿਆ ਦੁਪਹਿਰ ਵੇਲੇ ਵੇੜੇ ਤੇ ਨਿੰਮ ਦੀ ਛਾਵਿਓ ਲੰਮਾ ਪਿਆ ਸੀ ਇੱਕ ਪਹਿਲਵਾਨ ਦੂਜੇ ਪਹਿਲਵਾਨ ਦੇ ਆਉਣ ਤੇ ਬੜਾ ਖੁਸ਼ ਹੋਇਆ ਰਾਈ ਨੇ ਜੱਸੇ ਨੂੰ ਬੜੇ ਆਦਰ ਨਾਲ ਬਿਠਾਇਆ ਹਾਲਚਲ ਰਾਜੀ ਖੁਸ਼ੀ ਪੁੱਛੀ ਜੱਸੇ ਦੀ ਆਵਾਜ਼ 부ਜੀ 부ਜੀ ਤੇ ਉਤਸ਼ਾਹ ਹੀਨ ਸੀ ਰਾਈ ਨੂੰ ਸਪਸ਼ਟ ਸੀ ਉਹਨੇ ਪੁੱਛੀ ਲਿਆ ਜੱਸਿਆ ਯਾਰ ਤੂੰ ਉਹ ਦਰਿਆ ਜਿਹਾ ਕਿਉਂ ਲੱਗਦਾ ਹੈ ਪਹਿਲਵਾਨਾਂ ਤੈਨੂੰ ਕੀ ਦੱਸਾਂ ਇੱਕ ਬੁਝੌਤ ਜੀ ਪੈ ਗਈ ਆ ਸਮਝ ਨਹੀਂ ਆਉਂਦਾ ਕੁਝ ਜੱਸਾ ਵੀ ਆਪਣਾ ਮਸਾਲਾ ਰਾਈ ਪਹਿਲਵਾਨ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਯਾਰ ਜੱਸਿਆ ਕੁਝ ਦੱਸਦਾ ਸਹੀ ਪਲਵਾਨਾ ਤੈਨੂੰ ਕੀ ਦੱਸਾਂ ਚਕੇਰਾਣ ਵਾਲੇ ਖੱਤੇ ਦੀ ਵੱਟ ਤੇ ਟਾਲੀ ਵੱਡੀ ਸੀ 20 ਹੱਥ ਲੰਮੀ ਲੱਕੜ ਸੀ ਥੱਬੇ 'ਚ ਮਸਾਉਂਦੀ ਸੀ 100 ਮਣ ਭਾਰ ਹੋ ਪਤਾ ਨਹੀਂ ਕੌਣ ਲੈ ਗਿਆ ਨਾ ਕਿਸੇ ਗੱਡੀ ਦੇ ਪਹੀਆਂ ਦੀ ਲੀ ਸੀ ਨਾ ਕੋਈ ਹੋਰ ਨਿਸ਼ਾਨੀ ਖਬਰੇ ਕਿੱਥੇ ਗਈ ਉਹ ਲੱਕੜ ਅੱਜ ਮਹੀਨਾ ਹੋ ਗਿਆ ਵਾ ਜੱਸੇ ਨੇ ਵਿਥਿਆ ਕਹਿ ਸੁਣਾਈ ਤਾਂ ਰਾਈ ਪਲਵਾਨ ਚ ਕੰਨਾ ਹੋ ਗਿਆ ਯਾਰ ਜੱਸਿਆ ਉਹ ਲੱਕੜ ਕਿਤੇ ਚਕੇਰਾਣ ਵਾਲੇ ਪਹੇ ਵਿੱਚ ਤਾਂ ਨਹੀਂ ਸੀ ਪਈ ਹਾਂ ਹਾਂ ਤੈਨੂੰ ਪਤਾ ਉਹਦਾ ਹਾਂ ਲੱਗਦਾ ਹੈ ਉਹ ਲੱਕੜ ਤੁਹਾਡੀ ਲੱਕੜ ਹੋ ਤੂੰ ਆ ਮੇਰੇ ਨਾਲ ਰਾਈ ਪਹਿਲਵਾਨ ਮੰਜੇ ਤੋਂ ਉੱਠਿਆ ਉਹਦੇ ਮਗਰੇ ਮਗਰ ਜੱਸਾ ਵੀ ਹੋ ਤੁਰਿਆ ਛੇਤੀ ਉਹ ਰਾਈ ਹੋਣਾ ਦੇ ਬਾੜੇ 'ਚ ਪਹੁੰਚੇ ਜਿੱਥੇ ਜੱਸੇ ਹੋਣਾ ਦੀ ਲੱਕੜ ਪਈ ਸੀ ਲੱਕੜ ਵੇਖ ਕੇ ਜੱਸਾ 당ਗ ਰਹਿ ਗਿਆ ਕਿਉਂਕਿ ਉੱਥੋਂ ਤੱਕ ਪਹੁੰਚਣ ਵਾਲਾ ਭੇੜਾ ਰਾਂ ਗੱਡੇ ਜਾਂ ਬਲਦਾਂ ਦੀ ਜੋਗ ਦੇ ਆਉਣ ਵਾਲਾ ਨਹੀਂ ਸੀ ਜੱਸਾ ਕਈ ਸਵਾਲਾਂ ਨਾਲ ਘਿਰ ਗਿਆ ਯਾਰ ਪਹਿਲਵਾਨਾ ਦੱਸੇ ਲੱਕੜ ਇੱਥੇ ਆਈ ਕਿੱਦਾਂ ਜੱਸੇ ਦੀ ਉਤਸੁਕਤਾ ਲੱਕੜ ਦੇ ਲੱਭਣ ਦੀ ਖੁਸ਼ੀ ਨਾਲੋਂ ਕਿਤੇ ਵੱਧ ਸੀ ਯਾਰ ਜੱਸਿਆ ਐਂ ਹੋਇਆ ਉਸ ਰਾਤ ਮੈਂ ਚੰਗੀ ਵਾਲੀਆਂ ਪੈਲੀਆਂ ਦੀ ਰਾਖੀ ਕਰ ਰਿਆ ਸੀ ਰਾਤ ਨੂੰ ਭਲਾਈਪੁਰੀਏ ਡੋਗਰ ਪੱਠੇ ਵੱਢ ਕੇ ਲੈ ਜਾਂਦੇ ਸੀ ਪਰ ਉਸ ਦਿਨ ਮੈਂ ਕੁੱਕੜ ਦੀ ਬਾਂਗੇ ਪਿੰਡ ਬੋਣਾਂ ਸੀ ਕਿਉਂਕਿ ਉਪਲੀ ਇੱਕ ਨਿਕਾਹ ਤੇ ਜਾਣਾ ਸੀ ਸੋ ਮੈਂ ਤਾਰਿਆਂ ਤੋਂ ਹੀ ਅੰਦਾਜ਼ਾ ਲਾ ਕੇ ਮੁੜ ਪਿਆ ਉੱਥੇ ਜਸਿਆਈ ਕੱਲੋਕਾਰ ਜੀ ਗੱਲ ਹੋਈ ਰਾਈ ਪਹਿਲਵਾਨ ਸਾਹ ਲੈਣ ਲਈ ਰੁਕਿਆ ਪਰ ਜਸੇ ਦੀ ਉਤਸੁਕਤਾ ਦਾ ਭਾਰਾ ਬਾਰ ਨਹੀਂ ਸੀ ਕੀ ਹੋਇਆ ਪਹਿਲਵਾਨਾ 10000 ਜਸੇ ਲਈ ਉਡੀਕਣਾ ਜਿਵੇਂ ਅਸਹਿ ਸੀ ਯਾਰ ਜੱਸਿਆ ਉਸ ਦਿਨ ਪੁੰਨਿਆ ਸੀ ਮੈਂ ਪਹੇ ਪਹੇ ਤੁਰਿਆ ਵਾਂ ਦਿਨਰਗੀ ਚਾਨਣੀ ਸੀ ਮੈਂ ਆਪਣੇ ਧਿਆਨ ਤੋਂ ਰਿਹਾ ਜਾਵਾ ਪਰ ਸਾਹਮਣੇ ਇੱਕ ਛੋਟੇ ਜਿਹੇ ਧੋੜੇ ਤੇ ਦੋ ਜਣੇ ਬੈਠੇ ਵੇਖ ਕੇ ਮੈਂ ਹੈਰਾਨ ਰਹਿ ਗਿਆ ਰਾਈਂ ਫੇਰ ਸਾਹ ਲੈਣ ਲਈ ਰੁਕਿਆ ਉਹ ਦੋਵੇਂ ਉਸ ਟਾਲੀ ਦੀ ਲੱਕੜ ਕੋਲ ਖੜੇ ਸੀ ਫੇਰ ਕੀ ਹੋਇਆ ਪਹਿਲਵਾਨ ਜੱਸੇ ਦੀ ਬੇਤਾਬੀ ਬੇਅੰਤ ਸੀ ਮੈਂ ਆਪਣੇ ਰਾਹ ਗਾਂ ਤੁਰਦਾ ਗਿਆ ਮੈਂ ਆਖਿਆ ਪੰਮ ਕਿ ਮੇਰਾ ਕਿਸੇ ਨੇ ਕੀ ਖੋ ਲੈਣਾ ਵਾ ਜੇ ਕੋਈ ਖੋਣ ਲੱਗੂ ਤਾਂ ਦੋ ਹੱਥ ਵੀ ਕਰ ਲੂੰਗਾ ਡਾਂਗ ਤਾਂ ਮੇਰੇ ਕੋਲ ਹੈਗੀ ਹੀ ਸੀ ਕਿਸੇ ਭੇਦ ਖੁੱਲਣ ਦੀ ਆਸ 'ਚ ਜੱਸਾ ਸੁਣੀ ਜਾ ਰਿਹਾ ਸੀ ਉਹਦਾ ਜੀ ਕਰਦਾ ਸੀ ਰਾਈ ਛੇਤੀ ਛੇਤੀ ਕਹਾਣੀ ਪੂਰੀ ਕਰੇ ਉਹਦੇ ਜਰਾਂ ਕੁ ਰੁਕਣ ਤੇ ਜੱਸਾ ਫੇਰ ਬੋਲਿਆ ਪਹਿਲਵਾਨਾ ਗਾਂ ਦੱਸ ਫੇਰ ਕੀ ਹੋਇਆ ਉਹ ਮੈਂ ਜਦੋਂ ਉਹਨਾਂ ਤੋਂ 20 ਕਦਮਾਂ ਦੂਰ ਸੀ ਤਾਂ ਮੈਨੂੰ ਸਾਫ਼ ਦੱਸਿਆ ਵੀ ਉਹਨਾਂ 'ਚ ਇੱਕ ਜਨਾਨੀ ਸੀ ਇੱਕ ਮਰਦ ਉਹਨਾਂ ਦੇ ਆਸ-ਪਾਸ ਚਾਨਣੀ ਕੁਝ ਬਹੁਤੀ ਲੱਗਦੀ ਸੀ ਯਾਰ ਜੱਸਿਆ ਦੋਵੇਂ ਬੜੇ ਹੀ ਦਰਸ਼ਨੀ ਸੀਗੇ ਉਸ ਜਨਾਨੀ ਦਾ ਹੁਸਨ ਕਮਾਲ ਦਾ ਸੀ ਆਪਾਂ ਪਹਿਲਵਾਨੀ ਕਰਨ ਵਾਲੇ ਲੰਗੋਟੇ ਦੇ ਜਤੀ ਹੁੰਨੇ ਆ ਆਪਾਂ ਲਈ ਤਾਂ ਪ੍ਰਾਈਜ ਜਨਾਨੀ ਵੇਖਣੀ ਹਰਾਮ ਹੁੰਦੀ ਆ ਪਰ ਮੇਰੀ ਅੱਖਾਂ ਉਹਦੇ ਤੇ ਟਿਕੀ ਗਈਆਂ ਤਾਂ ਹੀ ਉਸ ਜਨਾਨੀ ਨੇ ਉਸ ਮਰਦ ਨੂੰ ਕੁਝ ਆਖਿਆ ਆਵਾਜ਼ ਤਾਂ ਮੇਰੇ ਕੰਨਿ ਪਈ ਪਰ ਸਮਝ ਨਹੀਂ ਆਈ ਰਾਈਂ ਜਰਕ ਰੁਕਿਆ ਉਹਦਾ ਸਾਹ ਲੈਣ ਲਈ ਚੁੱਪ ਹੋਣਾ ਵੀ ਜੱਸੇ ਲਈ ਅਸਹਿ ਸੀ ਪਹਿਲਵਾਨਾ ਫੇਰ ਕੀ ਹੋਇਆ ਯਾਰ ਦੱਸ ਜੱਸੇ ਦੀ ਬੇਤਾਬੀ ਸਿਖਰਾਂ ਤੇ ਸੀ ਮੈਂ ਉਹਨਾਂ ਦੇ ਸਾਹਮਣੇ ਪਹੁੰਚਿਆ ਤਾਂ ਮੈਨੂੰ ਮਰਦ ਦੀ ਆਵਾਜ਼ ਸੁਣੀ ਭਾਈ ਜਾਨ ਵਾਲਿਆ ਗੱਲ ਸੁਣੀ ਯਾਰ ਜੱਸਿਆ ਆਵਾਜ਼ ਬੜੀ ਰੋਹ ਵਾਲੀ ਸੀ ਤੇ ਬੰਦਾ 6 ਹੱਥ ਉੱਚਾ ਗੋਰਾ ਨੱਚੋ ਵਧੀਆ ਕੱਪੜੇ ਪਾਏ ਹੈਗਾ ਸੀ ਖਾਲੀ ਹੱਥ ਮੈਂ ਡਰਿਆ ਤਾਂ ਨਾ ਪਰ ਜੇ ਲੋੜ ਪਵੇ ਤਾਂ ਦੋ ਹੱਥ ਕਰਨ ਲਈ ਤਿਆਰ ਹੋ ਗਿਆ ਸੀ ਫਿਰ ਪਲਵਾਨਾ ਕੀ ਹੋਇਆ ਜੱਸੇ ਨੇ ਪੁੱਛਿਆ ਮੈਂ ਆਪਣੀ ਡਾਂਗ ਸੰਭਾਲ ਕੇ ਖਲੋ ਗਿਆ ਜ਼ੋਰ ਨਾਲ ਬੋਲਿਆ ਹਾਂ ਭਾਈ ਕੀ ਗੱਲ ਆ ਆ ਪਿੰਡ ਭਲੋਜ ਲਈ ਆ ਨਾ ਉਸ ਬੰਦੇ ਨੇ ਮੈਨੂੰ ਪੁੱਛਿਆ ਮੈਂ ਕਿਆ ਆਹੋ ਤੇ ਸੋਚਿਆ ਨਵੇਂ ਲੀੜਿਆਂ ਵਾਲੇ ਦੋਵੇਂ ਕਿਸੇ ਦੇ ਪੁਰਾਣੇ ਹੋਣਗੇ ਇਹਨਾਂ ਨੂੰ ਜਿੱਥੇ ਕਹਿਣਗੇ ਪਹੁੰਚਾ ਦਊਂਗਾ ਉਹਨੇ ਜੇ ਨੂੰ ਉਹ ਮਰਦ ਬੋਲਿਆ ਇਸ ਪਿੰਡ ਚ ਕੋਈ ਪਹਿਲਵਾਨ ਸੁਣੀਂਦਾ ਹੈ ਹੈ ਇੱਥੇ ਕੋਈ ਪਹਿਲਵਾਨ ਇਸ ਪਿੰਡ ਚ ਦਾ ਤਿੰਨ ਤਿੰਨ ਪਹਿਲਵਾਨ ਹੀ ਆ ਦੋ ਤੂੰ ਦੱਸ ਕਿ ਇਹਨੂੰ ਮਿਲਣਾ ਹੈ ਜਸਿਆ ਨੂੰ ਮੈਂ ਪੁੱਛਿਆ ਮੈਂ ਸਮਝਿਆ ਉਹ ਤੁਹਾਡੇ ਚੋਂ ਹੀ ਤੁਹਾਡੇ ਹੀ ਸਾਖ ਹੋਊ ਉਹਨੂੰ ਮੈਂ ਇਹ ਵੀ ਦੱਸਿਆ ਵੀ ਪਿੰਡ ਦੇ ਤਿੰਨ ਪਹਿਲਵਾਨਾਂ ਚੋਂ ਇੱਕ ਮੈਂ ਵੀ ਆ ਤੇ ਫਿਰ ਪਹਿਲਵਾਨਾਂ ਜਸੇ ਨੇ ਖੇਣ ਦੇ ਚੁੱਪ ਵੀ ਨਾ ਸਹਾਰਦਿਆਂ ਕਿਆ ਫਿਰ ਜਸਿਆ ਉਹ ਬੰਦਾ ਬੋਲਿਆ ਭਾਈ ਮੈਂ ਵੀ ਪਹਿਲਵਾਨ ਆ ਤਿੰਨਾ ਚੋ ਜਿਹੜਾ ਮਿਲ ਪਏ ਉਹਦੇ ਨਾਲ ਹੀ ਜੋਰ ਕਰਨਾ ਤੇਰੇ ਚ ਦਮ ਹੈਗਾ ਤਾਂ ਤੂੰ ਆ ਜਾ ਯਾਰ ਜਸਿਆ ਕੋਈ ਆਪਣੇ ਪਿੰਡ ਚ ਲਲਕਾਰੀ ਮੇਰੇ ਕੋਲੋਂ ਤਾਂ ਨਾ ਜਰਿਆ ਗਿਆ ਮੈਂ ਕਿਹਾ ਆ ਜਾ ਨਾਲ ਵਾਲੀ ਸੁਹਾਗੀ ਪਹਿਲੀ ਚ ਅੱਛਾ ਫੇਰ ਜਸੇ ਨੇ ਕਿਹਾ ਫੇਰ ਕੀ ਅਸੀਂ ਕੱਪੜੇ ਲਾ ਲੇ ਫਸ ਗਏ ਜਸਿਆ ਬੜੀ ਜਾਨ ਸੀ ਉਸ ਮਰਦ ਚ ਦਾਵਾਂ ਚ ਕੁਝ ਕੱਚਾ ਸੀ ਅਸੀਂ ਬੜਾ ਚਿਰ ਕੋਲ ਦੇ ਰਹੇ ਬੜਾ ਸੁਆਦ ਆਇਆ ਉਸ ਘੋਲ ਚ ਫਿਰ ਕਿਤੇੋਂ ਦੂਰੋਂ ਕੁੱਕੜ ਦੀ ਬਾੰਗ ਸੁਣੀ ਉਹ ਮੇਰੇ ਜਫੇ ਚੋਂ ਨਿਕਲ ਕੇ ਪਰਾਂਜ ਆਖਲ ਹੁੰਦਾ ਤੇ ਨਾਲ ਹੀ ਬੋਲਿਆ ਬਸ ਪਹਿਲਵਾਨਾ ਬਸ ਤੂੰ ਨਹੀਂ ਮੈਥੋ ਟਹਿ ਸਕਦਾ ਹੁਣ ਘੋਲ ਬਸ ਮੰਨ ਗਏ ਤੈਨੂੰ ਪਹਿਲਵਾਨਾ ਯਾਰ ਜਸਿਆ ਮੈਂ ਵੀ ਬਹੁਤ ਥੱਕਿਆ ਸੀ ਬਰਾਬਰੀ ਤੇ ਘੋਲ ਛੱਡਣਾ ਮੈਂ ਵੀ ਮੰਨ ਲਿਆ ਪਰ ਮੈਂ ਉਹਨੂੰ ਪੁੱਛ ਲਿਆ ਵੀ ਉਹ ਕੌਣ ਸੀ ਤੇ ਕਿਹੜੇ ਪਿੰਡ ਦਾ ਸੀ ਅੱਛਾ ਫੇਰ ਕੀ ਦੱਸਿਆ ਉਹਨੇ ਜੱਸੇ ਨੇ ਪੁੱਛਿਆ ਦੱਸਿਆ ਉਸ ਮਰਦ ਦੇ ਬੋਲਣ ਤੋਂ ਪਹਿਲਾਂ ਹੀ ਉਹਦੇ ਨਾਲ ਦੀ ਜਨਾਨੀ ਅੱਗੇ ਆ ਕੇ ਬੋਲੀ ਜਨਾਨੀ ਬੋਲੀ ਕੀ ਬੋਲੀ ਜੱਸੇ ਦਾ ਸਵਾਲ ਸੀ ਯਾਰ ਜੱਸੇ ਆ ਖੁਦਾ ਆਪਣੇ ਲੰਗੋਟ ਦਾ ਜੱਤ ਕਾਇਮ ਰੱਖੇ ਕੀ ਹੁਸਨ ਸੀ ਉਸ ਜਨਾਨੀ ਦਾ ਤੇ ਆਵਾਜ਼ ਸੀ ਉਹ ਕਹਿੰਦੀ ਪਹਿਲਵਾਨਾ ਨਾ ਸਾਡਾ ਕੋਈ ਪਿੰਡ ਆ ਨਾ ਮੇਰਾ ਖਵੰਦ ਕੋਈ ਪਹਿਲਵਾਨ ਹੀ ਆ ਅਸੀਂ ਦੇ ਜਾਤੀ ਦੇ ਆ ਰਾਤ ਦੇ ਹਨੇਰੇ ਚ ਅਸੀਂ ਸੈਰਸ ਪਟਾ ਕਰਦੇ ਆ ਕੁੱਕੜ ਦੀ ਬਾੰਗ ਤੋਂ ਪਹਿਲਾਂ ਲੋਭ ਹੋ ਜਾਂਦੇ ਆ ਸਾਨੂੰ ਸਭ ਚੀਜ਼ਾਂ ਦਾ ਇਲਮ ਹੁੰਦਾ ਮੈਂ ਹੀ ਆਪਣੇ ਖਵੰਦ ਨੂੰ ਤੇਰੇ ਨਾਲ ਘੋਲ ਵਿਖਾਉਣ ਲਈ ਕਿਹਾ ਸੀ ਮੇਰੇ ਕਹਿਣ ਤੇ ਇਹਨੇ ਆਦਮੀ ਦੀ ਦੇਹ ਧਾਰ ਲਈ ਤੇ ਅੰਦਾਜ਼ੇ ਨਾਲ ਜੋਰ ਆਪਣੇ ਸਰੀਰ 'ਚ ਪਾ ਲਿਆ ਉਹਨੇ ਜ਼ੋਰ ਨਾਲ ਤੈਨੂੰ ਢਾ ਨਾ ਸਕਿਆ ਜੇ ਚਾਹੁੰਦਾ ਤਾਂ ਆਪਣੇ ਜਾਦੂ ਨਾਲ ਤੈਨੂੰ ਇੱਕ ਉਂਗਲ ਨਾਲ ਢਾ ਲੈਂਦਾ ਪਰ ਅਸੀਂ ਅਸੂਲਾਂ ਦੇ ਪੱਕੇ ਆ ਸ਼ਾਬਾਸ਼ ਮਰਦਾ ਤੇਰੇ ਤੇ ਤੇਰੇ ਘੋਲ ਦੇ ਰਾਈਂ ਜਰਾ ਕੁ ਰੁਕਿਆ ਫਿਰ ਅੱਗੇ ਬੋਲਿਆ ਜਸਿਆ ਇਹੋ ਮਰਦ ਮੇਰੇ ਵੱਲ ਵਧਿਆ ਤੇ ਉਹਨੇ ਮੇਰੀਆਂ ਮੇਰੇ ਮੋਰਾਂ ਤੇ ਥਾਪੀ ਦਿੱਤੀ ਉਹਦੀ ਥਾਪੀ ਨਾਲ ਮੈਨੂੰ ਐਂ ਲੱਗਿਆ ਜਿਵੇਂ ਮੇਰੇ ਅੰਦਰ ਕੁਝ ਆ ਰਿਹਾ ਹੋਵੇ ਤੇ ਨਾਲ ਹੀ ਉਹ ਬੋਲਿਆ ਅੱਜ ਤੋਂ ਕੋਈ ਪਹਿਲਵਾਨ ਤੇਰੀ ਕੰਡ ਨਹੀਂ ਲਾ ਸਕੇਗਾ ਰਾਈ ਚੁੱਪ ਹੋ ਗਿਆ ਤੇ ਉਤਸੁਕ ਜੱਸੇ ਦੀਆਂ ਅੱਖਾਂ ਉਹਨੂੰ ਅੱਗੇ ਬੋਲਣ ਲਈ ਕਹਿ ਰਹੀਆਂ ਸੀ ਰਾਈ ਪਹਿਲਵਾਨ ਨੇ ਫੇਰ ਕਿਹਾ ਯਾਰ ਜੱਸਿਆ ਮੈਂ ਤਾਂ ਹੈਰਾਨ ਰਹਿ ਗਿਆ ਤੇ ਡਰ ਵੀ ਗਿਆ ਮੈਂ ਤਾਂ ਖੁਦਾ ਦਾ ਨਾਮ ਲੈ ਕੇ ਕਲਮਾ ਪੜਨ ਲੱਗ ਪਿਆ ਉਹ ਦੋਵੇਂ ਪਤਾ ਨਹੀਂ ਹਵਾਚੀ ਲੋਪ ਹੋ ਗਏ ਇਸ ਵੇਲੇ ਤੱਕ ਦਿਨ ਦੀ ਲੋ ਹੋਣ ਵਾਲੀ ਸੀ ਮੈਂ ਕੁਝ ਰੁਵੀ ਖੜਾ ਰਿਆ ਫਿਰ ਅੱਲਾ ਅੱਲਾ ਕਰਦਾ ਤੁਰ ਪਿਆ ਮੈਨੂੰ ਐਂ ਜਾਪੇ ਜਿਵੇਂ ਮੈਂ ਤੁਰਦਾ ਨਾ ਹੋਵਾਂ ਉੜਦਾ ਹੋਵਾਂ ਝੱਟੀ ਮੈਂ ਇਸ ਵੱਡੀ ਪਈ ਟਾਲੀ ਕੋਲ ਪਹੁੰਚਿਆ ਮੇਰਾ ਧਿਆਨ ਇਹਦੇ ਵੱਲ ਨਹੀਂ ਸੀ ਮੇਰਾ ਪੈਰ ਇਹਨੂੰ ਵੱਜਾਏ ਸਰਕਦੀ ਹੋਈ ਪਰਾਂ ਹੋਈ ਮੈਨੂੰ ਮਾੜੀ ਜੀ ਸੱਟ ਵੀ ਲੱਗੀ ਮੈਂ ਆਖਿਆ ਪਹੇ ਦੇ ਵਿੱਚ ਘਾਰੇ ਲੱਕੜ ਪਈ ਆ ਆਉਂਦੇ ਜਾਂਦੇ ਦੇ ਪੈਰਾਂ 'ਚ ਫਸੂ ਮੈਂ ਇਸ ਟੰਬੇ ਜੇ ਨੂੰ ਚੁੱਕ ਕੇ ਇੱਥੇ ਲਿਆ ਸੁੱਟਿਆ 20 ਹੱਥ ਲੰਮੀ ਮਸਾਂ ਜਫੇ ਚ ਆਉਣ ਵਾਲੀ 100 ਮਣ ਦੇ ਭਾਰ ਵਾਲੀ ਕਾਂਜਣ ਜੱਡੀ ਲੱਕੜ ਨੂੰ ਰਾਈ ਪਹਿਲਵਾਨ ਟੰਬਾ ਕਹਿ ਰਿਹਾ ਸੀ ਜੱਸਾ ਤਾਂ ਹੱਕਾ ਬੱਕਾ ਰਹਿ ਗਿਆ ਉਹ ਕੁਝ ਵੀ ਬੋਲ ਨਾ ਸਕਿਆ ਜੇ ਤੁਹਾਡੀ ਲੱਕੜਾ ਤੂੰ ਲੈ ਜਾ ਜੱਸਿਆ ਮੈਂ ਤਾਂ ਐਵੇਂ ਚੁੱਕ ਲਿਆਂਦੀ ਐ ਰਾਈ ਪਹਿਲਵਾਨ ਨੇ ਜਿਵੇਂ ਆਪਣੀ ਭੁੱਲ ਦਾ ਸੁਧਾਰ ਕੀਤਾ ਹੋਵੇ ਪਰ ਜੱਸਾ ਉਹ 100 ਮਣ ਲੱਕੜ ਨੂੰ ਕਿਵੇਂ ਚੁੱਕ ਸਕਦਾ ਸੀ ਉਹਦੇ ਦਿਲ 'ਚ ਅਚੰਭਾ ਤੇ ਸ਼ੱਕ ਦੋਵੇਂ ਹੀ ਸੀ बराबर ਤੇ ਛੁੱਟਣ ਵਾਲੇ ਪਹਿਲਵਾਨ ਦੀ ਬਰਾਬਰੀ ਅੱਜ ਉਸ ਲਈ ਸੰਭਵ ਨਹੀਂ ਸੀ। ਉਹਨੇ ਸ਼ੱਕ ਦੂਰ ਕਰਨ ਦੀ ਸੋਚੀ। ਪਹਿਲਵਾਨਾ ਤੂੰ ਹੀ ਇਹ ਲੱਕੜ ਪੁਚਾ ਦੇਖ ਸਾਡੇ ਬਾੜੇ 'ਚ ਜੱਸੇ ਨੇ ਕਈ ਸਵਾਲਾਂ ਦੇ ਜਵਾਬ ਦੇਣ ਵਾਲੀ ਅੜਾਉਣੀ ਪਾਈ ਸੀ। ਚੱਲ ਆ ਫਿਰ ਹੁਣੇ ਛੱਡ ਔਨਾ ਜਿਵੇਂ ਕੋਈ ਬਹੁਤ ਹੀ ਮਾਮੂਲੀ ਕੰਮ ਹੋਵੇ। ਰਾਈ ਪਹਿਲਵਾਨ ਝੁਕਿਆ ਉਹਨੇ 100 ਮਣ 100 ਮਣੀ ਲੱਕੜ ਆਪਣੇ ਮੋਢੇ ਤੇ ਐਂ ਟਕਾਲੀ ਜਿਵੇਂ ਵਾਕਈ 10-15 ਸੇੜ ਦਾ ਟੰਬਾ ਹੋਵੇ। ਤੇ ਜੱਸੇ ਮੱッセ ਦੇ ਬਾੜੇ 'ਚ ਲਿਆ ਛੁੱਟੇ। ਉਹ ੋਸ ਦਿਨ ਤੋਂ ਜਸੇ ਨੂੰ ਪਲਵਾਨੇ ਚ ਰਾਈ ਨਾਲ ਆਪਣਾ ਆਪਣੀ ਨਾਮ ਬਰਾਬਰੀ ਬਾਰੇ ਪਤਾ ਲੱਗ ਗਿਆ ਪਿੰਡ ਤੇ ਚਿੱਟੀਆਂ ਦਾੜ੍ਹੀਆਂ ਵਾਲੇ ਬੁੱਢੇ ਅਜੇ ਤੱਕ ਉਸ ਟਾਲੀ ਦੀ ਲੱਕੜ ਦੀਆਂ ਗੱਲਾਂ ਕਰਦੇ ਐ ਕਿਹਾ ਜਾਂਦਾ ਹੈ ਜਦੋਂ ਦਰਿਆ ਦੇ ਪਿੰਡ ਨੂੰ ਢਾਹ ਲਾਈ ਤੇ ਲੱਕੜ ਵੀ ਪਾਣੀ ਦੇ ਵਹਿਣ ਚ ਠੱਗਾ ਡਿਗਣ ਕਰਕੇ ਰੁੜ ਗਈ ਜਿਹੜਾ ਵੀ ਮੁੰਡਾ ਪਲਵਾਨ ਬਣਨਾ ਚਾਹੁੰਦਾ ਉਹ ਇਸ ਲੱਕੜ ਨੂੰ ਇੱਕ ਵਾਰ ਮੱਥਾ ਟੇਕਣ ਨਾਲ ਹੀ ਪਲਵਾਨ ਬਣ ਜਾਂਦਾ ਸੀ ਅੱਜ ਨਾ ਉਹ ਲੱਕੜ ਐ ਤੇ ਨਾ ਹੀ ਕੋਈ ਪਲਵਾਨ ਐ ਸਾਡੇ ਪਿੰਡ ਚ ਰਾਈ ਪਹਿਲਵਾਨ ਨੂੰ ਮਿਲੇ ਦੇ ਦੇ ਉਸ ਥਾਪੜੇ ਦਾ ਜ਼ਿਕਰ ਪਿੰਡ ਦੀ ਹੋਂਦ ਤੱਕ ਰਹੇਗਾ ਧੰਨਵਾਦ